हाँ जी सत श्री अकाल जी। मैनू नहीं पता भी आ कमेंट करने वाले दा की नज़रिया वा, बट जो भी नज़रिया ना आपां बंदे जिहड़े अपने जाति कम्यूनिटी बंदे लोगों दे परसनल चीज़ां वाल बहुत जाने आ लीचन प्लस मैं लिख देना वा, इत्थे सर्च कर लिओ गूगल ते। जे तुसीं कमना मतलब क्यों नहीं रखते, मैं वीडियो भी उही ही भी जे कुड़ी देनी है तुसीं तां परसनल जाओ। ਹੁਣ ਤਾਂ ਮੇਰਾ ਵਿਆਹ ਹੋਇਆ, ਮੈਂ ਕੋਈ ਹੁਣ ਇਹ ਵੀ ਨਹੀਂ ਗੱਲ ਵੀ ਹਾਂ ਮੈਂ ਦੇਣੀ ਹੈ, ਮੈਨੂੰ ਕਹਿ ਸਕਦੇ ਤੁਸੀਂ ਮੈਂ ਖੁਸ਼ ਵਾਂ ਹੈਪੀ ਹਾਂ ਮੈਂ, ਠੀਕ ਹੈ ਨਾ ਯਾਰ। ਆਹ ਮਤਲਬ ਆਹ ਕੰਮ ਨਾ ਕਰੋ ਯਾਰ ਪਲੀਜ਼। ਮਤਲਬ ਮੇਰੇ ਇਕੱਲੇ ਦੀ ਨਹੀਂ ਗੱਲ, ਹਰੇਕ ਬੰਦਾ ਮੈਂਟਲੀ ਸਟਰੋਂਗ ਨਹੀਂ ਹੁੰਦਾ। ਕਈ ਬੰਦੇ ਇਸੇ ਕਾਰਨ ਦੀਆਂ ਗੱਲਾਂ ਕਰਕੇ ਬਹੁਤ ਲੋਕਾਂ ਨੂੰ ਡਿਪਰੈਸ਼ਨ ਵਗੈਰਾ ਹੋ ਜਾਂਦਾ, ਰੋਂਦੇ ਵਿਚਾਰੇ। ਹਰੇਕ ਬੰਦਾ ਸਟਰੋਂਗ ਨਹੀਂ ਹੈਗਾ, ਮੈਂ ਸਟਰੋਂਗ ਹਾਂ ਮੈਂਟਲੀ, ਇਹਨਾਂ ਗੱਲਾਂ ਦਾ ਫਰਕ ਨਹੀਂ ਪੈਂਦਾ। ਮੈਂ ਉਂਝ ਗੱਲ ਕਰਦਾ ਕਿ ਆਪਣੀ ਸੋਸਾਇਟੀ ਦੇ ਵਿੱਚ ਕਿੰਨੀ ਮਾੜੀ ਚੀਜ਼ ਆ ਜਿਹੜੀ ਗੱਲ ਤੁਹਾਨੂੰ ਦੱਸੀ ਆ, ਉਹ ਦੇਖ ਲਓ ਸੁਣ ਲਓ ਕੰਮ ਦੀ ਆ, ਠੀਕ ਆ, ਨਹੀਂ ਤਾਂ ਇਗਨੋਰ ਮਾਰ ਦੋ ਅਤੇ ਦੰਦ ਰਖ ਦੰਦ ਬਰੱਸ਼ ਕਰ। ਯਾਰ ਹੱਦ ਹੋ ਗਈ ਆ ਯਾਰ, ਮੰਨਿਆਣਾ ਵਾ ਕਿਤੇ ਹੈ ਕੋਈ ਕਹਿੰਦਾ ਵਿੰਗੇ ਮੂੰਹ ਵਾਲਾ ਯਾਰ, ਖਮਾਉਣ ਯਾਰ, ਕੀਪ ਇਟ ਪ੍ਰੋਫੈਸ਼ਨਲ। ਜੇ ਨਹੀਂ ਚੰਗਾ ਲੱਗਦਾ ਅੱਗੇ ਕਰ ਦੋ। ਟਿਕਟੋਕ ਉਹ ਇੰਟਰਟੇਨਮੈਂਟ ਵਾਸਤੇ ਐਪ ਆ, ਹੈ ਨਾ, ਤੁਹਾਡਾ ਇੰਟਰਟੇਨਮੈਂਟ ਆ ਜਾ ਕਹੋ ਜੋ, ਚੱਲ ਮੈਂ ਇੱਧਰ ਲੱਗ ਗਿਆ, ਮੈਂ ਐਡ ਪਾਈ ਸੀ, ਉਦੋਂ ਬਾਅਦ 'ਚ ਕੰਮ ਸ਼ੁਰੂ ਹੋ ਗਿਆ ਇਹ। ਤੁਸੀਂ ਕਮੀਆਂ ਕੱਢੀ ਜਾਓ ਯਾਰ, ਗੱਲ ਨਹੀਂ ਬਣਦੀ ਯਾਰ, ਪਰਸਨਲ ਵਾ ਹਰੇਕ ਦਾ ਕੋਈ, ਇਹ ਗੱਲ ਡਜ਼ਨਟ ਮੇਕ ਸੈਂਸ। ਤੈਨੂੰ ਦੰਦ ਨਹੀਂ ਚੰਗੇ ਲੱਗੇ ਤੂੰ ਇਗਨੋਰ ਕਰਦੇ, ਨਾਲੇ ਹਰੇਕ ਨੂੰ ਜੱਜ ਨਾ ਕਰੋ। ਤੁਹਾਨੂੰ ਕਿਸੇ ਦਾ ਨਹੀਂ ਪਤਾ ਕਿਸੇ ਦੀ ਲਾਈਫ ਕਿਵੇਂ ਦੀ ਆ। ਥੈਂਕ ਯੂ।